ਹੁਣੀ ਹੁਣੀ ਖਬਰ ਆਈ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਬਰਸਾਤ ਕਾਰਨ ਅਤੇ ਭਾਖੜਾ ਡੈਮ ਦੇ ਗੇਟ ਖੁੱਲ੍ਹਣ ਕਾਰਨ ਕਈ ਪਿੰਡਾਂ ਵਿੱਚ ਪਾਣੀ ਪਹੁੰਚ ਗਿਆ, ਫਲੱਡਸ ਆ ਗਿਆ। ਰੋਪੜ ਜ਼ਿਲ੍ਹਾ, ਨਵਾਂਸ਼ਹਿਰ ਜ਼ਿਲ੍ਹਾ, ਜਲੰਧਰ ਅਤੇ ਲੁਧਿਆਣਾ ਅਤੇ ਮੋਗਾ ਏਰੀਏ 'ਚ ਕਈ ਪਿੰਡਾਂ 'ਚ ਪਾਣੀ ਆ ਗਿਆ। ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਨੂੰ ਅਪੀਲ ਕਰਦਾ ਕਿ ਜਿੱਥੇ ਜਿੱਥੇ ਪਿੰਡਾਂ ਵਿੱਚ ਪਾਣੀ ਆ ਗਿਆ ਉੱਥੇ ਜਾ ਕੇ ਲੋਕਾਂ ਦੀ ਮਦਦ ਕਰੋ, ਉਹਨਾਂ ਨੂੰ ਹਰ ਕਿਸਮ ਦੀ ਲੋੜ ਜੋ ਹੋਏ ਪੂਰੀ ਕਰੋ। ਜੇ ਕੋਈ ਸਿਚੁਏਸ਼ਨ ਜ਼ਿਆਦਾ ਗੰਭੀਰ ਹੁੰਦੀ ਹੈ ਤੁਸੀਂ ਮੈਨੂੰ ਇਨਫੋਰਮ ਵੀ ਕਰੋ, ਐਡਮਿਨਿਸਟ੍ਰੇਸ਼ਨ ਨਾਲ ਵੀ ਗੱਲ ਕਰੋ। ਅਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਟੈਲੀਫੋਨ ਕੀਤਾ ਹੈ ਅਤੇ ਮੈਂ ਸਾਰੇ AGPC ਮੈਂਬਰਾਂ ਨੂੰ ਵੀ ਕਹਿੰਦਾ ਉਸ ਇਲਾਕੇ ਦੇ ਜਿੱਥੇ ਜਿੱਥੇ ਆਪਣੇ ਗੁਰੂ ਘਰ ਹੈ ਉੱਥੇ ਲੰਗਰ ਦਾ ਵੀ ਇੰਤਜ਼ਾਮ ਕਰੋ। ਸੰਗਤਾਂ ਜੇ ਘਰ ਨਹੀਂ ਰਹਿ ਸਕਦੀਆਂ ਉਹਨਾਂ ਨੂੰ ਆਪਣੇ ਗੁਰੂ ਘਰਾਂ 'ਚ ਲੈ ਕੇ ਉੱਥੇ ਸਾਰਿਆਂ ਦਾ ਇੰਤਜ਼ਾਮ ਕਰੋ।